ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੋਡ ਸ਼ੋਅ ਦੇ ਮੱਦੇਨਜ਼ਰ ਤਰਨ ਤਾਰਨ 'ਚ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਸੈਣੀ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ। ਲਖਵੀਰ ਸਿੰਘ ਸੈਣੀ ਦਾ ਸਵਾਲ, ਆਖਿਰ ਦਿਵਿਆਂਗਿਆਂ ਤੋਂ ਕਿਉਂ ਡਰਦੀ ਹੈ ਸਰਕਾਰ? ਸੈਣੀ ਅਨੁਸਾਰ ਪੰਜਾਬ ਦੇ ਵਾਂਗ ਐਕਸ਼ਨ ਕਮੇਟੀ ਦੇ ਕਈ ਆਗੂਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਹੈ ਨਜ਼ਰਬੰਦ। ਤਰਨ ਤਾਰਨ ਤੋਂ ਪੱਤਰਕਾਰ ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਸਮਝ ਨਹੀਂ ਆਉਂਦੀ, ਬਾਰ ਬਾਰ ਨਜ਼ਰਬੰਦ, ਬਾਰ ਬਾਰ ਨਜ਼ਰਬੰਦ। ਇਹ ਸਰਕਾਰ ਜਿਹੜੀ ਆ ਦਿਵਿਆਂਗ ਵਿਅਕਤੀਆਂ ਕਿਉਂ ਡਰਦੀ ਆ? ਅਸੀਂ ਕੋਈ ਐਲਾਨ ਨਹੀਂ ਕੀਤਾ, ਸਾਡਾ ਅੱਜ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ। ਇੱਥੋਂ ਤੱਕ ਕਿ ਮੈਨੂੰ ਸਵੇਰੇ ਫੋਨ ਆਇਆ 5:30 ਵਜੇ ਕਿ ਸਾਡੇ ਜੋ ਇਸਤਰੀ ਵਿੰਗ ਦੇ ਪ੍ਰਧਾਨ ਦਵਿੰਦਰ ਕੌਰ ਜੀ, ਉਹਨਾਂ ਨੂੰ ਫੁਗਾੜ ਵਿਖੇ ਉਹਨਾਂ ਦੀ ਰਿਹਾਇਸ਼ ਵਿਖੇ ਵੀ ਬੰਦ ਕਰ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਬਾਕੀ ਸਾਥੀਆਂ ਨੂੰ ਵੀ ਫੋਨ ਕੀਤਾ, ਉਹਨਾਂ ਨੂੰ ਕਿਹਾ ਸੁਚੇਤ ਰਹੋ ਵੀ ਆਪਣਾ ਕੋਈ ਐਲਾਨ ਨਹੀਂ ਆ, ਕੋਈ ਪ੍ਰੋਗਰਾਮ ਨਹੀਂ, ਤਾਂ ਨਜ਼ਰਬੰਦ ਕਿਉਂ ਹੋ ਰਹੇ ਆ? ਤਾਂ ਫਿਰ ਜਾ ਕੇ ਸਾਨੂੰ ਪਤਾ ਲੱਗਾ ਕਿ ਫਗਵਾੜਾ ਵਿਖੇ ਜਿਹੜੇ ਆ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਨੂੰ 1 ਜੂਨ ਨੂੰ ਵੀ ਇਸੇ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀ ਤੁਸੀਂ ਕਰੋਗੇ? ਕਿਉਂ ਤੁਸੀਂ ਵਾਰ ਵਾਰ ਨਜ਼ਰਬੰਦ ਸਾਨੂੰ ਕਰਦੇ ਹਾਂ? ਕਿ ਅਸੀਂ ਕੋਈ ਐਲਾਨ ਕੀਤਾ, ਕੋਈ ਅਸੀਂ ਪ੍ਰੋਗਰਾਮ ਕਰ ਰਹੇ ਹਾਂ? ਇਹੋ ਜਿਹਾ ਕਿਹੜਾ ਤੁਹਾਨੂੰ ਡਰ ਵਾਰ ਵਾਰ ਪੈਦਾ ਹੋ ਰਿਹਾ ਦਿਵਿਆਂਗਾਂ ਦੇ ਕੋਲੋਂ ਕਿ ਤੁਸੀਂ ਜਿਹੜਾ ਆ ਨਜ਼ਰਬੰਦ ਕਰਨ ਦੇ ਵਾਰ ਵਾਰ ਆਰਡਰ ਦੇ ਰਹੇ ਹੋ? ਅੱਜ ਦਿਵਿਆਂਗਾਂ ਦਾ ਇੱਕ ਫਗਵਾੜੇ 'ਚ ਪ੍ਰੋਗਰਾਮ ਵੀ ਹੈਗਾ ਵਾ ਬਾਬਾ ਸਾਹਿਬ ਜੀ ਦੇ ਨਾਲ, ਕੀ ਉਸ ਪ੍ਰੋਗਰਾਮ ਕਰਕੇ ਤੁਹਾਨੂੰ ਰੋਕਿਆ ਗਿਆ? ਨਹੀਂ, ਸਾਡਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਉਣ ਦਾ ਜਿਹੜਾ ਪ੍ਰੋਗਰਾਮ ਸੀ ਉਹ ਕਰਤਾਰਪੁਰ ਵਿਖੇ ਸੀਗਾ, ਅਤੇ ਕਰਤਾਰਪੁਰ ਵਿਖੇ, ਸੋ ਅਸੀਂ ਉੱਥੇ ਜਿਹੜਾ 2 ਵਜੇ ਹਾਜ਼ਰੀਆਂ ਲਵਾਉਣੀਆਂ ਸੀਗੀਆਂ, ਸੋ ਉਸ ਦੇ ਸੰਬੰਧ ਵਿੱਚ ਸਾਨੂੰ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰਤਾ। ਮੈਂ ਇਹਨਾਂ ਨੂੰ ਦੱਸਤਾ ਵੀ ਤੁਸੀਂ ਆਪਣੇ ਮੁਲਾਜ਼ਮ ਨਾਲ ਭੇਜ ਦਿਓ, ਸਾਡੀਆਂ ਹੋਰ ਵੀ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ, ਅਸੀਂ ਕਰਤਾਰਪੁਰ ਵਿਖੇ ਜਿਹੜਾ ਬਾਬਾ ਸਾਹਿਬ ਦਾ ਜਨਮ ਦਿਨ ਉੱਥੇ ਬੜੇ ਉਤਸ਼ਾਹ ਨਾਲ ਜਿਹੜਾ ਮਨਾ ਰਹੇ ਹਾਂ। ਸੋ ਉਹਨਾਂ ਦੇ ਸੰਬੰਧ ਵਿੱਚ ਵੀ ਇਹਨਾਂ ਨੇ ਘਰੇ ਰੋਕ ਲਾ ਦਿੱਤੀ। ਇਹੀ ਬਾਬਾ ਸਾਹਿਬ ਦੇ ਇਤਿਹਾਸ ਨੂੰ ਲੈ ਕੇ, ਇਹਨਾਂ ਦੀਆਂ ਫੋਟੋਆਂ ਲੈ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ, ਰਾਈਟ ਔਰ ਲੈਫਟ ਭਗਵੰਤ ਸਿੰਘ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਫੋਟੋਆਂ ਹੁੰਦੀਆਂ, ਅਤੇ ਉਹਨਾਂ ਦੇ ਸਾਨੂੰ ਜਨਮ ਦਿਨ ਮਨਾਉਣ 'ਤੇ ਜਿਹੜੀਆਂ ਘਰਾਂ ਦੇ ਵਿੱਚ ਪਾਬੰਦੀਆਂ ਲਾਈਆਂ ਜਾ ਰਹੀਆਂ, ਸਮਝ ਤੋਂ ਬਾਹਰ ਆ ਰਹੀ ਆ। ਔਰ ਇਹ ਗੱਲ ਪਤਾ ਨਹੀਂ ਉਹ ਦਿਵਿਆਂਗਾਂ ਦੇ ਨਾਲ ਇਹੋ ਜਿਹਾ ਵਰਤਾਇਆ, ਇਹ ਕਦੋਂ ਤੱਕ ਜਿਹੜਾ ਇਹਨਾਂ ਦਾ ਜਾਰੀ ਰਹੇਗਾ? ਬਿਲਕੁਲ ਜੀ, ਬਹੁਤ ਹੀ ਤਾਨਾਸ਼ਾਹੀ ਤਾਂ ਇੱਕ ਹੁੰਦੀ ਆ ਥੋੜ੍ਹੀ ਜਿਹਾ ਕੰਟਰੋਲ ਦੇ, ਇਹ ਤਾਂ ਬਹੁਤ ਹੀ ਜ਼ਿਆਦਾ ਨਾਦਰਸ਼ਾਹੀ ਜਿਹੜੇ ਫਰਮਾਨ ਔਰ ਤਾਨਾਸ਼ਾਹੀ ਕਰ ਰਹੀ, ਧੱਕੇਸ਼ਾਹੀ ਕਰ ਰਹੀ ਆ ਕਿ ਜਿਹੜੇ ਦਿਵਿਆਂਗ ਦਬਲੇ ਕੁਚਲੇ ਆ ਉਹਨਾਂ ਦੀ ਜਿਹੜੀ ਆਵਾਜ਼ ਆ, ਜੋ ਅਸੀਂ ਬਣੇ ਹੋਏ ਹਾਂ ਉਹਨੂੰ ਜਿਹੜਾ ਆ ਇਹਨੂੰ ਕਿਸੇ ਵੀ ਤਰੀਕੇ ਨਾਲ ਇਹਨੂੰ ਜਿਹੜਾ ਆ ਬੰਦ ਕੀਤਾ ਜਾਵੇ, ਤਾਂ ਜੋ ਕੋਈ ਸਮਾਜ ਦੇ ਵਿੱਚ ਜਿਹੜਾ ਦਿਵਿਆਂਗਾਂ ਦੀ ਆਵਾਜ਼ ਉਹ ਨਾ ਪਹੁੰਚ ਸਕੇ। ਸੋ ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਔਰ DGP ਔਰ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਦਿਵਿਆਂਗਾਂ ਦੇ ਨਾਲ ਇਹੋ ਜਿਹਾ ਵਰਤਾਵਾ ਆ ਉਹ ਨਾ ਕਰੋ। ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਵੀ ਐਕਸ਼ਨ ਲੈਣ ਦੇ ਵਿੱਚ ਤੁਸੀਂ ਸਾਨੂੰ ਮਜਬੂਰ ਕਰਦੇ ਹਾਂ, ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਜਿਹੜਾ ਆਪਣਾ ਐਕਸ਼ਨ ਆ ਫਿਰ ਉਹ ਲਵਾਂਗੇ, ਤੁਸੀਂ ਮਜਬੂਰ ਕਰਦੇ ਹਾਂ ਪਰ ਅਸੀਂ ਚੁੱਪ ਕਰਕੇ ਫਿਰ ਅਸੀਂ ਐਕਸ਼ਨ ਜਿਹੜਾ ਆ ਤੁਹਾਡੀ ਮਜਬੂਰੀ ਤੋਂ ਬਾਅਦ ਅਸੀਂ ਐਕਸ਼ਨ ਲੈਣ ਵਿੱਚ ਮਜਬੂਰ ਹੋਵਾਂਗੇ। ਅਸੀਂ ਚੁੱਪਚਾਪ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਸੀ।